ਜਦ ਡੁੱਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਲਦੀ ਕੌਮਾਂ ਦੀ ਰੰਬੀਆਂ ਨਾਲ ਖੋਪਰ ਲੈਂਦੇ ਜਾਂ ਤਸਵੀਰ ਬਲਦੀ ਕੌਮਾਂ ਦੀ ਜਦ ਚਰਬੀ ਢਲੇ ਮਸੂਮਾਂ ਦੀ ਆਸਾਂ ਦੇ ਦੀਵੇ ਜਗ ਪੈਂਦੇ ਕੋਈ ਦੇਗਾਂ ਦੇ ਵਿੱਚ ਉਬਲੇ ਜਦ ਸ਼ਾਂਤੀ ਦੇ ਸੋਮੇ ਵਗ ਪੈਂਦੇ ਜਦੋਂ ਟੁੱਟਦੇ ਤਾਰੇ ਅੱਖੀਆਂ ਦੇ ਰੂਹਾਂ ਵਿੱਚ ਚਾਨਣ ਹੋ ਜਾਵੇ ਜਦ ਉਸਰੇ ਕੰਧ ਮਸੂਮਾਂ ਤੇ ਢੱਠੀ ਹੋਈ ਕੌਮ ਖਲੋ ਜਾਵੇ ਵਾਹ ਮਿੱਠੀਏ ਨੀਂਦੇ ਸਵਰਗ ਦੀਏ ਸਭ ਤੇਰੇ ਅੱਗੇ ਝੁਕ ਜਾਂਦੇ ਲਹੂ ਵੇਖ ਕੇ ਤੇਰੇ ਆਸ਼ਕ ਦਾ ਗੱਡੀਆਂ ਦੇ ਇੰਜਣ ਵੀ ਰੁਕ ਜਾਂਦੇ ਪਰਮ ਸਤਿਕਾਰਯੋਗ ਗੁਰੂ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹਨਾਂ ਸ਼ਹੀਦਾਂ ਨੂੰ ਸਮਰਪਿਤ ਸ਼੍ਰੋਮਣੀ ਕਵੀਸ਼ਰ ਸਵਰਗਵਾਸੀ ਬਾਪੂ ਕਰਨੈਲ ਸਿੰਘ ਪਾਰਸ ਦੀ ਲਿਖੀ ਹੋਈ ਕਵਿਤਾ ਪੇਸ਼ ਕਰ ਰਹੇ ਹਾਂ ਜਿਨ੍ਹਾਂ ਨੇ ਦੇਸ਼ ਕੌਮ ਅਤੇ ਧਰਮ ਦੀ ਖਾਤਰ ਆਪਣੀਆਂ ਜਾਨਾਂ ਕੁਰਬਾਨ ਕਰਕੇ ਸ਼ਹੀਦਾਂ ਦੀ ਲੜੀ ਵਿੱਚ ਆਪਣਾ ਨਾਂ ਦਰਜ ਕਰਵਾਇਆ ਅਤੇ ਇਤਿਹਾਸ ਦੇ ਸੁਨਹਿਰੀ ਪੰਨਿਆਂ ਨੂੰ ਇੱਕ ਨਵੀਂ ਰੰਗਤ ਦਿੱਤੀ ਇਸ ਕਵਿਤਾ ਨੂੰ ਗਿਆਨੀ ਜਸਬੀਰ ਸਿੰਘ ਮੋਹਲੇਕ ਦਾ ਜਥਾ ਸਾਥੀ ਅਜੇਪਾਲ ਸਿੰਘ ਪ੍ਰਾਚਾ ਮਨਪ੍ਰੀਤ ਸਿੰਘ ਮੰਜਿਆਂਵਾਲੀ ਅਤੇ ਭੁਪਿੰਦਰ ਸਿੰਘ ਤੇੜਾ ਇਉਂ ਪੇਸ਼ ਕਰ ਰਿਹਾ ਜੀ ਸੁਣੀਏ ਪਿਆਰ ਨਾਲ ਤਾਰੀਖ ਖਾਲਸੇ ਦੀ ਨਾ ਕੋਈ ਕਲਪਤ ਕਰੀ ਕਹਾਣੀ ਸਿੱਖੀ ਨੇ ਜਨਮ ਲਿਆ ਤਿੱਖੀ ਤਾਰ ਖੰਡੇ ਦੀ ਥਾਣੀ ਸਿੱਖੀ ਨੇ ਜਨਮ ਲਿਆ ਤਿੱਖੀ ਤਾਰ ਖੰਡੇ ਦੀ ਥਾਣੀ ਅਨਮਾਨ ਖਾਲਸੇ ਦਾ ਕਈ ਚਮਕੌਰ ਵਰਗੀਆਂ ਗੜੀਆਂ ਸਿੱਖਾਂ ਨੇ ਸਿਦਕ ਦੀਆਂ ਲਿਖੀਆਂ ਨਾਲ ਖੂਨ ਦੇ ਲੜੀਆਂ ਸਿੱਖਾਂ ਨੇ ਸਿਦਕ ਦੀਆਂ ਲਿਖੀਆਂ ਨਾਲ ਖੂਨ ਦੇ ਲੜੀਆਂ ਸ਼ੁੱਧਤੀਆਂ ਤਵੀਆਂ ਤੋਂ ਦਰਸ਼ਨ ਕੀ ਉਬਲਦੀਆਂ ਦੇਗਾਂ ਸਿਰ ਵੱਡ ਜਲਾਦਾਂ ਨੇ ਕਿੰਨੀਆਂ ਖੁੰਡੀਆਂ ਕਰ ਲੀਆਂ ਤੇਗਾਂ ਸਿਰ ਵੱਡ ਜਲਾਦਾਂ ਨੇ ਕਿੰਨੀਆਂ ਖੁੰਡੀਆਂ ਕਰ ਲੀਆਂ ਤੇਗਾਂ ਮਿਟ ਗਏ ਹਸਤੀ ਤੋਂ ਚਲੀਆਂ ਨਾ ਦੁਸ਼ਮਣ ਦੀਆਂ ਤੜੀਆਂ ਸਿੱਖਾਂ ਨੇ ਸਿਦਕ ਦੀਆਂ ਲਿਖੀਆਂ ਨਾਲ ਖੂਨ ਦੇ ਲੜੀਆਂ ਸਿੱਖਾਂ ਨੇ ਸਿਦਕ ਦੀਆਂ ਲਿਖੀਆਂ ਨਾਲ ਖੂਨ ਦੇ ਲੜੀਆਂ ਜਿਸ ਮਤੀ ਦਾ ਸਕੀਰਿਆ ਪਰੇ ਸ਼ਹਾਦ ਤੀ ਲੰਬੀ ਖੋਪਰ ਸਿੰਘ ਤਾਰੂ ਦਾ ਉਲਾਉਂਦੀ ਖੁੰਡੀ ਹੋ ਗਈ ਰੰਬੀ ਖੋਪਰ ਸਿੰਘ ਤਾਰੂ ਦਾ ਲਾਉਂਦੀ ਖੁੰਡੀ ਹੋ ਗਈ ਰੰਬੀ ਦੋਨੀਆਂ ਚੰਦੜੀਆਂ ਉਹ ਬੋਲਣ ਦੀ ਹਾਂ ਦੇ ਵਿੱਚ ਖੜੀਆਂ ਸਿੱਖਾਂ ਨੇ ਸਿਦਕ ਦੀਆਂ ਲਿਖੀਆਂ ਨਾਲ ਖੂਨ ਦੇ ਲੜੀਆਂ ਸਿੱਖਾਂ ਨੇ ਸਿਦਕ ਦੀਆਂ ਲਿਖੀਆਂ ਨਾਲ ਖੂਨ ਦੇ ਲੜੀਆਂ ਸੋ ਕਤਲਾ ਕਰੇ ਸੱਤ 800 ਕਤਲ ਕਰੇ ਸੀ ਸਿੰਘ ਐਣ ਬੰਦੇ ਦੇ ਮੂਰੇ ਹੋਈ ਕਠਿਨ ਪ੍ਰੀਖਿਆ ਚੋਂ 100% ਉਤਰੇ ਪੂਰੇ ਹੋਈ ਕਠਿਨ ਪ੍ਰੀਖਿਆ ਚੋਂ 100% ਉਤਰੇ ਪੂਰੇ ਤਨ ਕਾਟ ਕਾਟ ਅਰਪਿਆ ਆਈਆਂ ਜਦੋਂ ਅੰਤਲੀਆਂ ਘੜੀਆਂ ਸਿੱਖਾਂ ਨੇ ਸਿਦਕ ਦੀਆਂ ਲਿਖੀਆਂ ਨਾਲ ਖੂਨ ਦੇ ਲੜੀਆਂ ਸਿੱਖਾਂ ਨੇ ਸਿਦਕ ਦੀਆਂ ਲਿਖੀਆਂ ਨਾਲ ਖੂਨ ਦੇ ਲੜੀਆਂ ਬੇਦਰਦ ਜਲਾਦਾਂ ਨੇ ਕਰਿਆ ਇੱਕੋ ਅੱਡ ਕਲੇਜਾ ਤੁਨਿਆ ਮੁਖ ਬੰਦੇ ਦੇ ਪਿਆਰੇ ਪੁੱਤ ਦਾ ਕੱਢ ਕਲੇਜਾ ਤੁਨਿਆ ਮੁਖ ਬੰਦੇ ਦੇ ਪਿਆਰੇ ਪੁੱਤ ਦਾ ਕੱਢ ਕਲੇਜਾ ਮੈਂ ਸਿੱਖ ਮਕਾ ਦਿੱਤੇ ਉਹ ਜ਼ਾਲਮ ਡੀਂਗਾ ਮਾਰੇ ਬੜੀਆਂ ਸਿੱਖਾਂ ਨੇ ਸਿਦਕ ਦੀਆਂ ਲਿਖੀਆਂ ਨਾਲ ਖੂਨ ਦੇ ਲੜੀਆਂ ਸਿੱਖਾਂ ਨੇ ਸਿਦਕ ਦੀਆਂ ਲਿਖੀਆਂ ਨਾਲ ਖੂਨ ਦੇ
ਵਿੱਚ ਕੋਪਰ ਹੀੜੇ ਦੇ ਪਰਲੇ ਸੱਠ ਸਿਰਾਂ ਦੇ ਗੱਡੇ ਵਿੱਚ ਕੋਪਰ ਹੀੜੇ ਦੇ ਪਰਲੇ ਸੱਠ ਸਿਰਾਂ ਦੇ ਗੱਡੇ ਧਰਤੀ ਦੀ ਛਾਤੀ ਤੇ ਜਾਦਾ ਹਨ ਪਈਆਂ ਨੇ ਲੜੀਆਂ ਸਿੱਖਾਂ ਨੇ ਸਿਦਕ ਦੀਆਂ ਲਿਖੀਆਂ ਨਾਲ ਖੂਨ ਦੇ ਲੜੀਆਂ ਸਿੱਖਾਂ ਨੇ ਸਿਦਕ ਦੀਆਂ ਲਿਖੀਆਂ ਨਾਲ ਖੂਨ ਦੇ ਲੜੀਆਂ ਕਿਰਨ ਜੀਤ ਵਿਚਾਰੇ ਜਾਣਨੇ ਭੱਠੀ ਨਨਕਾਣੇ ਦੀ ਵਿੱਚ ਸੀ ਮੱਚ ਕੇ ਕੀਤਾ ਚਾਨਣੇ ਭੱਠੀ ਨਨਕਾਣੇ ਦੀ ਵਿੱਚ ਸੀ ਮੱਚ ਕੇ ਕੀਤਾ ਚਾਨਣ ਉਹ ਯੁੱਗਾਂ ਤੱਕ ਗਾਵਣਗੇ ਕਵੀ ਸ਼ਰ ਸੂਰਮਿਆਂ ਦੀਆਂ ਲੜੀਆਂ ਸਿੱਖਾਂ ਨੇ ਸਿਦਕ ਦੀਆਂ ਲਿਖੀਆਂ ਨਾਲ ਖੂਨ ਦੇ ਲੜੀਆਂ ਸਿੱਖਾਂ ਨੇ ਸਿਦਕ ਦੀਆਂ ਲਿਖੀਆਂ ਨਾਲ ਖੂਨ ਦੇ ਲੜੀਆਂ